ਤੇ ਅੱਗੇ ਨੂੰ ਚੱਲੀਏ ਮਿੰਟੂ ਜੀ, ਭਾਜਪਾ ਦਾ ਕਹਿੰਦੇ ਕਿ ਬਾਈ ਸਟਾਈਲ ਉਦਾਂ ਦਾ ਹੀ ਹੈਗਾ ਚੰਦਾ ਲੈਣ ਦਾ, ਕਹਿੰਦੇ ਕਿ ਬਾਈ ਇਹ ਤਾਂ ਆਪਦੇ ਉਸੇ ਤਰ੍ਹਾਂ ਦੇ ਨਾਲ ਹੀ ਹੈ, ਕਹਿੰਦੇ ਕਿ ਬਾਈ ਜੁੱਤੀ ਦੇ ਜ਼ੋਰ ਦੇ ਉੱਤੇ ਚੰਦਾ ਲੈਂਦੇ ਹੈਗੇ। ਕਈ ਕੰਪਨੀਆਂ ਦਾ ਵੀ ਜ਼ਿਕਰ ਹੁੰਦਾ ਪਿਆ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਆ, ਵੈਸੇ ਵੀ ਮੇਨ ਸਟ੍ਰੀਮ ਨਹੀਂ ਦੇ ਨਹੀਂ ਵਿੱਚ ਵੀ ਸੋਸ਼ਲ ਮੀਡੀਆ ਤੇ ਨਹੀਂ ਸੀ, ਨਾ ਜੀ ਮੇਨ ਸਟ੍ਰੀਮ ਮੀਡੀਆ, ਉਹ ਦੋ ਨਿਊਜ਼ ਵੈਬਸਾਈਟਾਂ ਨੇ ਹਾਂ ਉਹਨਾਂ ਨੇ ਜੀ, ਜਿਨ੍ਹਾਂ ਨੇ ਸ਼ੁਰੂਆਤ 'ਚ ਰਿਸਰਚ ਕੀਤੀ ਆਪਣੀ ਖੋਜ ਕੀਤੀ ਆ ਜੀ, ਉਸ ਤੋਂ ਬਾਅਦ ਫਿਰ ਕਾਂਗਰਸ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਹਾਂਜੀ, ਕਿਉਂਕਿ ਮੀਡੀਆ ਦਾ ਕੰਮ ਆਪਣਾ ਹੁੰਦਾ, ਮੀਡੀਆ ਆਪਦੀ ਜੋ ਵੀ ਉਹਦੀ ਜ਼ਿੰਮੇਵਾਰੀ ਉਹ ਨਿਭਾ ਦਿੰਦਾ। ਅੱਜ ਕੱਲ੍ਹ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਆ, ਚਲੋ ਉਹਨੂੰ ਛੱਡ ਦਿਓ ਇੱਕ ਪਾਸੇ, ਪਰ ਚੰਗੀ ਪੱਤਰਕਾਰਤਾ ਵੀ ਹੁੰਦੀ ਆ ਇੰਡੀਆ 'ਚ ਜੀ। ਉਹਨਾਂ ਨੇ ਇੱਕ ਅੰਕੜਾ ਕੱਢ ਕੇ ਸਾਹਮਣੇ ਰੱਖ ਦਿੱਤਾ ਕਿ 335 ਕਰੋੜ ਰੁਪਈਆ ਤਾਂ ਉਹਨਾਂ ਫਰਮਾਂ ਤੋਂ ਆਇਆ ਜਿਹੜੀਆਂ ਸ਼ਾਇਦ 30-35 ਦੱਸੀ ਦੀਆਂ, ਕਿ ਜਿਨ੍ਹਾਂ 'ਤੇ ਆ 4-5 ਸਾਲਾਂ ਦੇ ਦੌਰਾਨ, ਯਾਨੀ ਇਸ ਸਮੇਂ ਦੇ ਦੌਰਾਨ ਜੀ ਰੇਡਾਂ ਪਈਆਂ, ਜਾਂ ਮਤਲਬ ਕਿ ਜਿਨ੍ਹਾਂ ਦੀ ਜਾਂਚ ਪੜਤਾਲ ਚੱਲੀ ਆ, ਏਜੰਸੀਆਂ ਜਿਨ੍ਹਾਂ ਦੇ ਮਗਰ ਪਈਆਂ, ਕੁੱਲ ਮਿਲਾ ਕੇ ਇਹ ਗੱਲ ਜੇ ਸੀਨ ਬਣਦਾ ਹੈ। ਹਾਂਜੀ, ਕਿ ਜਿਵੇਂ ਉਹਨਾਂ ਨੂੰ ਨਰੜਾ ਚੜ੍ਹਿਆ, ਉਹਨਾਂ ਨੇ 335 ਕਰੋੜ ਰੁਪਈਆ ਜਿਹੜਾ ਉਹ ਡੋਨੇਟ ਕੀਤਾ, ਜਿਵੇਂ ਵਾਟਰ ਵਾਹ ਨੂੰ ਦਿੱਤਾ ਅਤੇ ਨਾਲ ਦੀ ਨਾਲ ਉਹਨਾਂ ਦਾ ਚੰਦਾ ਆ ਗਿਆ। ਪੰਜਾਬੀ 'ਚ ਇੱਕ ਹੋਰ ਵੀ ਕਹਿੰਦੇ ਹੁੰਦੇ, ਛਿੱਤਰਾਂ ਦੀ ਮਾਰੀ 9 ਮਣ ਚੜ੍ਹਦੀ ਆ ਜੀ, ਠੀਕ ਹੈ ਨਾ ਜੀ। ਜੀ, ਸੋ ਗੱਲ ਇਹ ਆ ਕਿ ਇਹ ਸਾਰਾ ਕੁਛ ਜਿਹੜਾ ਹੈ ਨਾ, ਉਹ ਹੁਣ ਚਲੋ ਆਇਆ, ਪਹਿਲਾਂ ਮੀਡੀਆ ਦੇ ਇੱਕ ਹਿੱਸੇ ਨੇ ਚੁੱਕਿਆ, ਫਿਰ ਕਾਂਗਰਸੀਆਂ ਨੇ ਚੁੱਕ ਲਿਆ, ਪਰ ਅਸਲ ਦੇ ਵਿੱਚ ਹਾਲੇ ਤਾਂ ਜਿੱਦਾਂ ਕਹਿ ਲਈਏ ਨਾ, ਉਹ ਆਪਾਂ ਕਹਿੰਦੇ ਹੁੰਦੇ ਹਾਂ ਕਿ ਉਹ ਵੀ ਕੁਛ ਵੀ ਨਹੀਂ, ਹਾਲੇ ਤਾਂ ਕੱਖ ਵੀ ਨਹੀਂ ਸਾਹਮਣੇ ਆਇਆ ਜੀ। ਕਿਉਂਕਿ 13 ਤਰੀਕ ਉਹ ਤਰੀਕ ਆ ਜਿੱਦਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ 'ਤੇ ਇਹਨਾਂ ਨੇ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਡਾਟਾ ਪਾਉਣਾ ਇਲੈਕਟੋਰਲ ਬੌਂਡ ਦਾ ਜੀ, ਜਿਹੜੇ ਚੁਣਾਵੀ ਬੌਂਡ ਇਹਨਾਂ ਨੇ ਲਿਆਂਦੇ ਸਨ, ਜਿਹੜੇ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਗੇਮ ਸੀ ਜੀ। ਹੁਣ ਉਹਦੇ 'ਚ ਇਹੀ ਤਾਂ ਪਤਾ ਲੱਗਣਾ ਜਦੋਂ ਲਿਸਟ ਪਵੇਗੀ ਕਿ ਕਿੰਨੀਆਂ ਇਹੋ ਜਿਹੀਆਂ ਕੰਪਨੀਆਂ, ਕਿਉਂਕਿ ਪੱਤਰਕਾਰ ਤਿਆਰ ਬੈਠੇ ਹੁੰਦੇ ਆ ਜੀ, ਉਹਨਾਂ ਨੇ ਨਾਲ ਦੀ ਨਾਲ ਲਿਸਟ 'ਚੋਂ ਚੱਕ ਲੈਣੇ ਆ ਕਿ ਇਹਨਾਂ ਇਹਨਾਂ ਫਰਮਾਂ ਦੇ ਮਗਰ ਏਜੰਸੀਆਂ ਭੇਜੀਆਂ ਗਈਆਂ, ਯਾਨੀ ਪਹਿਲਾਂ ਉਹਨਾਂ ਨੂੰ ਦਬਕਾਇਆ ਗਿਆ, ਫਿਰ ਉਹਨਾਂ ਨੇ ਕਿਹਾ ਕਿ ਹਾਂ ਭਾਈ ਸੈਟਿੰਗ ਕਰ ਲਈਏ ਆਪਾਂ, ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਇਹਦੇ ਵਾਸਤੇ ਨਾ ਇੱਕ ਕਾਊਂਟਰ ਲਾਇਆ ਹੋਇਆ, ਕੈਸ਼ ਨਹੀਂ ਲੈਂਦੇ ਆਪਾਂ ਜੀ, ਕੈਸ਼ ਕੁਸ਼ ਵਾਲਾ ਕੰਮ ਬੰਦ ਕੀਤਾ, ਤੁਸੀਂ ਇੱਦਾਂ ਕਰੋ ਸਾਡੇ ਬੈਂਕ 'ਚ ਚਲੇ ਜਾਓ, ਆਪਣਾ ਹੀ ਬੈਂਕ SBI, ਤਾਂ ਉੱਥੇ ਜਾ ਕੇ ਤੁਸੀਂ ਇਲੈਕਟੋਰਲ ਬੌਂਡ ਜਿਹੜੇ ਆ ਉਹ ਖਰੀਦੋ, ਨਾ ਲੈਣ ਵਾਲੇ ਦਾ ਜ਼ਿਕਰ ਨਾ ਦੇਣ ਵਾਲੇ ਦਾ ਜ਼ਿਕਰ, ਅਸੀਂ SBI ਤੋਂ ਆਪੇ ਪਤਾ ਕਰ ਲੈਣਾ, ਆਪਣਾ ਹੀ ਬੰਦਾ, ਕੋਈ ਚੱਕਰ ਨਹੀਂ ਹੈਗਾ ਜੀ। ਮਤਲਬ ਇਹ ਗੇਮ ਜਿਹੜੀ ਹੈ ਨਾ, 13 ਨੂੰ ਹੋਰ ਖੁੱਲ੍ਹ ਜਾਏਗੀ, ਇਹ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਬਰਫ਼ ਦਾ ਹਾਲੇ ਉਹ ਜਿਹੜਾ ਧੁੰਦਾ ਉਹ ਤਾਂ ਮਤਲਬ ਕਿ ਥੋੜ੍ਹਾ ਜਿਹਾ ਉੱਤੇ ਪਾਣੀ ਦੇ ਉਹਨੂੰ ਇੱਕ ਮਾੜੀ ਜਿਹੀ ਸਿਰੀ ਜੀ ਦੀਦੀ ਆ ਜੀ। ਅੱਛਾ ਜੀ, ਅਸਲ ਤਾਂ ਥੱਲੇ ਆ ਹਾਲੇ, ਉਹ ਹੁਣ 13 ਨੂੰ ਜਦੋਂ ਸੂਚੀ ਪਵੇਗੀ ਨਾ, ਫਿਰ ਪਤਾ ਲੱਗਣਾ ਕਿ ਛਿੱਤਰ ਮਾਰ ਮਾਰ ਕੇ ਕਿੰਨਿਆਂ ਤੋਂ ਲਏ ਨੇ। ਅੱਛਾ, ਇਹ ਸਭ ਤੋਂ ਵੱਡੀ ਦਾਦਾਗਿਰੀ, ਤੁਹਾਨੂੰ ਪਤਾ ਅਮਿਤ ਸ਼ਾਹ ਬਾਰੇ, ਇਹ ਮੈਂ ਜੋ ਚੀਜ਼ ਰਿਕਾਰਡ 'ਤੇ ਉਹ ਦੱਸਣ ਜਾ ਰਿਹਾ ਜੀ। CBI ਹਾਲਾਂਕਿ ਮੈਂ ਇੱਥੇ ਸਾਫ਼ ਕਰ ਦੇਵਾਂ, ਅਮਿਤ ਸ਼ਾਹ ਫਿਰ ਕਲੀਨ ਚਿੱਟ ਲੈਂਦੇ ਗਏ, ਉਹ ਕਿਸ ਤਰ੍ਹਾਂ ਮਿਲਦੀ ਰਹੀ ਹੈ ਉਹ ਸਭ ਨੂੰ ਪਤਾ ਹੀ ਆ, ਜਾਂ ਉਹ ਇੱਕ ਪਾਰਟ ਹੈ ਆਪਣੇ ਆਪ ਦੇ ਵਿੱਚ ਗੱਲਬਾਤ ਦਾ ਅਲੱਗ ਵਿਸ਼ਾ ਹੈ। ਸੁਪਰੀਮ ਕੋਰਟ 'ਚ ਜਾ ਕੇ ਉਸ ਵੇਲੇ ਦੀ ਸਰਕਾਰ ਦੀ ਏਜੰਸੀ CBI, ਉਹ ਕਹਿੰਦੇ ਜੀ ਗੁਜਰਾਤ ਦੇ ਵਿੱਚ ਐਕਸਟੋਰਸ਼ਨ ਦਾ ਜਿਹੜਾ ਨਾ ਹੈੱਡ ਹੈ ਅਮਿਤ ਸ਼ਾਹ। ਅੱਛਾ ਜੀ, ਬਿਲਕੁਲ ਜੀ, ਇਹ ਤੁਹਾਨੂੰ ਮੈਂ ਨਿਊਜ਼ ਦੀ ਕਿਤੇ ਕਟਿੰਗ ਵੀ ਕੱਢ ਕੇ ਲਿਆ ਦੂੰਗਾ, ਲੱਭ ਹੀ ਜਾਣੀ ਆ ਤੁਹਾਨੂੰ ਜੀ। ਮਤਲਬ ਕਿ CBI ਨੇ ਖੁਦ ਜਾ ਕੇ ਕਿਹਾ ਸੀਗਾ, ਤਾਂ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਲੋ ਉਦੋਂ ਸਰਕਾਰਾਂ, ਇਹਨਾਂ ਦਾ ਤਾਂ ਦੋਸ਼ ਇਹੋ ਹੈ ਵੀ ਕਾਂਗਰਸ ਸਰਕਾਰ ਉਸ ਵੇਲੇ ਸਾਡੇ ਨਾਲ ਬਦਲਾਖੋਰੀ ਕਰ ਰਹੀ ਸੀਗੀ। ਹਾਂਜੀ, ਹੁਣ ਇਹ ਕਹਿੰਦੇ ਆ ਕਿ ਸਾਰਾ ਕੁਛ ਬਾਈ ਪ੍ਰਧਾਨ ਮੰਤਰੀ, ਪ੍ਰਧਾਨ ਸੇਵਕ ਉਹ ਪਾਕ ਸਾਫ਼ ਨਿਕਲ ਗਏ, ਅਮਿਤ ਸ਼ਾਹ ਜੀ ਪਾਕ ਸਾਫ਼ ਨਿਕਲ ਗਏ, ਪਰ ਉਹ ਗੱਲਾਂ ਤਾਂ ਰਿਕਾਰਡ 'ਤੇ ਰਹਿੰਦੀਆਂ ਨੇ ਨਾ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸੇ ਦਾ ਹੀ ਰੂਪ ਆ ਕਿ ਕੀ ਇਸ ਤਰ੍ਹਾਂ ਵੀ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ ਕਿ ਫਰਮਾਂ ਤੋਂ ਚੰਗਾ ਚੰਦਾ ਲੈਣ ਵਾਸਤੇ ਏਜੰਸੀਆਂ ਜਿਹੜੀਆਂ, ਏਜੰਸੀਆਂ ਨੂੰ ਤਾਂ ਏਜੰਸੀਆਂ ਹੁਣ ਕਹਿੰਦੇ ਨਹੀਂ ਹੈ, ਮਜ਼ਾਕ 'ਚ ਲੋਕ ਕਹਿੰਦੇ ਆ ਕਿ ਇਹ ਤਾਂ ਇਹਨਾਂ ਦੇ ਸਹਿਯੋਗੀ ਦਲ ਬਣ ਗਏ ਆ ਜੀ।
आ तुसी देखो NIA दा नोट्स आ जांदा है, किसे कोल होर कोई बैंकिंग दा कोई ज़्यादा ना होवे झगड़ा उन्हूं घेरन वास्ते NIA दा भी नोट्स आ जांदा, तैनू इत्थों 5000 रुपया आया सीगा, बाहरों कौन आ, तैनू फोन कित्थों आया सीगा, उइयों मतलब कि हुण ते इहनां नूं एजेंसियां नूं सहयोगी दल कहण लग पए ने लोक। आ कहानी है जी। जी जी जी, इधरले पासे तो कमेंट जिहड़ा कई आउंदे पए इस नूं लैके जी, घुमदी है गेम इक फोन दे उत्ते। मनजीत सिंह मौड़ जी कहिंदे पए वी फोन फोन मारन दी वी लोड़ ही नहीं पैंदी, अगले अपने आप ही आ जांदे आ। ना ना, फोन ते बस लोड़ ही नहीं है, उह तां लिस्ट फड़ा दिंदे आ कि जाओ माड़ा जिहा कढ्यो गेड़ा। हाँ जी हाँ जी हाँ जी। अमनदीप जी कहिंदे कि कांग्रेस दे टाइम भी इदां ही हुंदा सीगा जी, ते उदों इह भुल गए बई, इह भुल्ले नहीं बई, उह तां याद आ लोकां नूं तां याद ही आ। हाँ कांग्रेस ही भी करदे हुण, असीं तां उहनां नूं कहिड़ा बरी कर रहे आ जी। असीं कोई उहनां नूं इह नहीं कहा कि उन्होंने बई आपदे राज दे विच कुछ इस तरह ना कीता होगा, उन्होंने भी एजेंसियां की दुरवरतों की होगी, पर इन्नी नहीं सी हुई कदे जी जिन्ना हुण चल पिया कम जी। हुण ते तुसीं ये देखो ना कि ईडी जिहड़ी आ 4-5% मामलों नूं छड्ड दे, ओह विरोधी धिरां दे मगर ही ज़्यादा लगी हुंदी आ जी जी जी, ज़्यादातर उन्होंने मगर ही लगी हुंदी है, ते लाला लाला अपने एली एली करके पै जांदे आ जिहनूं। हाँ जी हाँ जी हाँ जी, तो वो अपने तरीके ने फिर आपकी सक्सैस रेट दिखाते रहेंगे कि भाई इन्ने मामले हो गए तो इन्ने जी जी जी। तो ये मिंटू जी आप जरा करिए कि गलबाई गठजोड़ वाली बनी कि नहीं बनी, मिंटू जी कहने कि सीट शेयरिंग का बड़ा चर्चा चली जाती है इस वेले जी। नहीं सीट शेयरिंग हो तो गई, आम आदमी पार्टी की तो कांग्रेस की सीट शेयरिंग हो गई, अखिलेश की तो वो हो गई जी, ममता की हो सकता आने वाले दिनों गल बन जाए भी, तो फिर रह की गया, रह तो कुछ भी नहीं गया फिर तो बच्चे सीट शेयरिंग वाले तो हो गया मसला हल उन्हों का जी। ये जड़ा इन्हों का हैगा गोदी मीडिया, मैं कदे कदे सोचता है कि इस मुल्क दे विच किन्ना यार किन्ना कूड़ प्रचार ते किन्नी रफ्तार नाल कीता जांदा है। अच्छा लड़ पे इंडिया वाले, ये तो गल आम सुनते भी आप करते भी हाँ, पर यह वेखो कि NDA च की चल रहा, सोच के वेखो NDA च यह आ कि नीतीश जिहड़ा है उहदी बोलती बंद होई पई है, भाजपा उन्नू घर दा ना घाट दा करके तो दसदे आ कि हुण बचनों मुकर रही आ, जो उन्हें वचन किए से वायदे किए थे वो तो मुकर रही है, जोड़ा वो चिराग पासवान आ रेड कार्ड आई बैठा, यूपी दे विच राजभर का की बनूंगा, निषाद किधर जाएगा, वो मतलब कि जयंत चौधरी उन्हों दस दे एक कि दो सीटा दे इंडा है, यानी NDA दे विच भी ये चीज़ा चल रही ने, पर उदी गल करन दी थां ते इंडिया ऐ हो गया इंडिया हो गया किल किल के उत्थे आही गल्लां करी जांदे आ, तां उन्होंने तो बड़ा सोहना आपदा नबेड़ लिया बई सीट शेयरिंग वाला, उन्होंने तो नबेड़ लिया, ऐलान कर दिता कि चलो जी आपां इदां करदे आ दिल्ली च सत्त आ 4-3 हरियाणे च एक दे दिंदे आम आदमी पार्टी नूं जी, किते वो वड्डे बन गए किते वो बन गए, दो गुजरात च लै गए, अहमद पटेल की कुड़ी है जिहड़ी वो जरूर नाराज़ हुई है, उत्थे माड़ी जी आवाज़ आई है, वो भी उन्हें आख्या कोई गल नहीं हाईकमान गल करांगे क्योंकि पड़ोचाली सीट जिहड़ी दे दित्ती गई